Hello friends, welcome to my channel. Subscribe to my channel by clicking subscribe button. Click the bell icon and enjoy the latest uploads from my channel. Hello. Hello. Assalamu alaikum chacha ji. Wa alaikum assalam. Kya hal hai chacha ji? Theek ho? Sehat song aisi lagta? Bas kya puchun da? Kaise kaun bol raha? Main Rana Ijaz bol rahe hain. Aap 3 number gali ch rehna ji. Rana Ijaz 3 number gali ch rehna ji, 3 number gali ch. ਉਹ ਸ਼ਫੀਕ ਹੁਣ ਸ਼ਫੀਕ ਹੁਣੀ ਨੀ ਉਹ ਸਾਡੇ ਅਜ਼ੀਜ਼ ਨੇ ਜਿਹਨਾਂ ਦੀ ਕਰਿਆਨੇ ਦੁਕਾਨ ਆ ਮੈਂ ਜਾਣਦਾ ਬੁੱਤ ਮੈਂ ਅੱਲਾ ਦੱਸੂ ਸਾਡੇ ਕੋਲ ਲਿਆ ਬੁੱਤ ਦੱਸ ਬੜਾ ਨਹੀਂ ਤੂੰ ਉਹ ਹੀ ਜਿਹੜਾ ਉਹ ਪੈਂਟ ਜੀ ਪਾ ਕੇ ਮੋਟਰਸਾਈਕਲ ਤੇ ਲੰਮਾ ਜਿਹਾ ਬੰਦਾ ਹਾਂਜੀ 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 ਚਾਚਾ ਜੀ ਜੀ ਬਿਲਕੁਲ ਬਿਲਕੁਲ ਬੁੱਤ ਤੂੰ ਘਰ ਦਾ ਜੰਮਿਆ ਬੁੱਤ ਤੇਰੇ ਕੋਲ ਦੱਸ ਗਿਣੇ ਸੀ ਹਾਂਜੀ ਹਾਂਜੀ ਖੈਰ ਤੂੰ ਇਸ ਟਾਈਮ ਫੋਨ ਕੀਤਾ ਖੈਰ ਹਾਂਜੀ ਚਾਚਾ ਜੀ ਉਹ ਨਾ ਆਪਾਂ ਆ ਰਿਹਾ ਉਰਸ ਅੱਛਾ ਤੇ ਉਹਦੇ ਵਾਸਤੇ ਸੀ ਸਬਜ਼ੀ ਦੀ ਜ਼ਰੂਰਤ ਅੱਛਾ ਬੁੱਤ ਤੇ ਮੈਂ ਕਿਹਾ ਕਿ ਸਬਜ਼ੀ ਦਾ ਚਾਚੇ ਤੋਂ ਇਲਾਵਾ ਕਿਹਨੂੰ ਕਿਹਾ ਜਾ ਸਕਦਾ ਚਾਚਾ ਹਮੀਦ ਹੀ ਸਾਨੂੰ ਸਬਜ਼ੀ ਦੇ ਸਕਦਾ ਬਾਕੀ ਤੇ ਬੰਦੇ ਇੰਨੇ ਜੋਗੇ ਨਹੀਂ ਹੈਗੇ ਵਿਚਾਰੇ ਇਹ ਤਾਂ ਵਿਚਾਰੇ ਬਿਲਕੁਲ ਬਿਲਕੁਲ ਇਹ ਤਾਂ ਵਿਚਾਰੇ ਥੋੜੀ ਥੋੜੀ ਸਬਜ਼ੀ ਲੈ ਕੇ ਆਉਂਦੇ ਆ ਤਾਂ ਸਾਰਾ ਦਿਨ ਉਹਨੂੰ ਪਾਣੀ ਲਾ ਲਾ ਵੇਚਦੇ ਰਹਿੰਦੇ ਆ ਬਿਲਕੁਲ 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 ਮੈਂ ਕਿਹੜੀ ਸਬਜ਼ੀ ਚਾਹੀਦੀ ਮੇਰੇ ਪੁੱਤ ਨੂੰ ਦੱਸ ਮੈਨੂੰ ਅੱਛਾ ਚਾਚਾ ਜੀ ਲੈ ਕੇ ਹਾਂਜੀ ਮੰਡੀ ਉਹ ਲੈ ਕੇ ਸਿੱਧੀ ਆਪਣੇ ਪੁੱਤ ਨੂੰ ਪਹਿਲੇ ਤੇਰੇ ਪਹੁੰਚਾ ਦੇਵਾਂਗੇ ਬਾਅਦ ਚੋਂ ਫੇਰ ਵੇਚਾਂਗੇ ਸੀਗੇ ਹਾਂਜੀ ਹਾਂਜੀ ਚਾਚਾ ਜੀ ਇਸ ਤਰ੍ਹਾਂ ਆ ਕਿ ਦੇਗਾਂ ਲੱਥਣੀਆਂ 15 ਅੱਛਾ ਹਾਂਜੀ 15 ਦੇਗਾਂ ਲੱਥਣੀਆਂ ਤੇ ਉਸ ਹਿਸਾਬ ਨਾਲ ਹੁਣ ਤੁਸੀਂ ਦੇਖ ਲਓ ਹਾਂਜੀ ਉਹ ਪਤਾ ਕੀ ਗੱਲ ਆ ਜੀ ਸਾਰੇ ਇਕੱਠ ਹੋਣਾ ਹੈ ਸਾਲ ਬਾਅਦ ਉਹ ਆਪਾਂ ਗੱਲਾ ਬਣਾਇਆ ਨਾ ਇੱਕ ਜੀ ਗੱਲੇ ਚ ਪੈਸੇ ਪਾਈ ਚਾਹੀਦੇ ਆ ਤੇ ਉਹ ਹੁਣ ਨਿਕਲਿਆ 2.25 ਲੱਖ ਰੁਪਇਆ ਹਾਂਜੀ ਉਹ ਕੋਈ ਪੈਸੇ ਥੋੜੇ ਬਹੁਤ ਇਧਰ ਉਧਰ ਵੀ ਲੱਗੇ ਆ ਮੈਂ ਟੈਂਟਾਂ ਟੁੰਟਾਂ ਦਾ ਵੀ ਲੱਗ ਜਾਣੇ ਆ ਤੇ ਪ੍ਰਾਹੁਣੇ ਆਪਣੇ ਤੁਹਾਨੂੰ ਪਤਾ ਸਿੰਧ ਤੱਕ ਆਉਂਦੇ ਸਾਰੇ ਕਰਾਚੀ ਤੱਕ ਵੀ ਲੋਕਾਂ ਨੇ ਆਉਣਾ ਬੁੱਧ ਤੂੰ ਟੈਂਸ਼ਨ ਨਾ ਲੈ ਤੂੰ ਮੈਨੂੰ ਆਰਡਰ ਦੱਸ ਕਿਹੜਾ ਮੈਂ ਕਿਹੜੀ ਕਿਹੜੀ ਸਬਜ਼ੀ ਚਾਹੀਦੀ ਆ ਬੁੱਧ ਨੂੰ ਮੈਂ ਚੰਗੀ ਸਬਜ਼ੀ ਜਿਹੜੀ ਨਾ ਉਹ ਲਿਆ ਕੇ ਹਾਂਜੀ 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 ਉਹ ਇਹ ਆ ਕਿ ਜੀ ਸਬਜ਼ੀ ਸਬਜ਼ੀ ਅਗਲੇ ਖਾਣ ਤਾਂ ਕਹਿਣ ਕੇ ਜੀ ਇਹ ਸਬਜ਼ੀ ਲਈ ਕਿੱਥੋਂ ਸੀ ਤੁਸੀਂ ਉਹ ਕਿੰਨਾ ਕਿੰਨਾ ਆਰਡਰ ਤੇ ਠੀਕ ਆ ਮੈਂ ਤੂੰ ਟੈਂਸ਼ਨ ਨਾ ਲੈ ਇਸ ਗੱਲ ਦੀ ਬਿਲਕੁਲ ਟੈਂਸ਼ਨ ਨਹੀਂ ਲੈਣੀ ਪਤਾ ਕੀ ਹੈ ਜੀ ਮੈਨੂੰ ਤੁਸੀਂ ਉੱਥੇ ਜਾ ਕੇ ਇੱਕੋ ਗੱਲ ਦਾ ਜ਼ਿਹਨ ਚ ਰੱਖਣਾ ਹੈ ਕਿ ਬੇਹੀ ਸਬਜ਼ੀ ਨਾ ਹੋਵੇ ਜੀ ਮਤਲਬ ਕਿ ਸਬਜ਼ੀ ਬੇਹੀ ਨਾ ਹੋਵੇ ਉਹ ਨਾ ਹੋਵੇ 6-7 ਦਿਨ ਦੀ ਹੋਵੇ ਜੀ ਨਹੀਂ ਨਾ ਨਾ ਬੁੱਧ ਲਿਆ ਦੱਸ ਤੈਨੂੰ ਤੂੰ ਸਾਡੇ ਘਰ ਦਾ ਪੋਤਾ ਤੇਰੇ ਵਾਸਤੇ ਦੱਸ ਆਦੀਆਂ ਜਾਨ ਕੱਢ ਕੇ ਲਿਆਵਾਂਗੇ ਮੰਡੀ ਲੈ ਹਾਂਜੀ 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 ਚਾਚਾ ਜੀ ਆਪਾਂ ਦੇਗਾਂ ਲਾਉਣੀਆਂ ਨੇ 15 ਮੁਰਗੇ ਦੀਆਂ ਅੱਛਾ ਤੇ ਨਾਨ ਵੀ ਲੱਗ ਜਾਣਾ 600-700 ਆਪਣਾ ਤੇ ਉਹ ਗੱਲ ਇਹ ਆ ਕਿ ਆਪਣੇ ਕੋਲ ਆਉਣ ਡੇ 2 ਬਾਬੇ ਇੱਥੇ ਅੱਛਾ 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 ਉਹ ਬਾਬਿਆਂ ਦੇ ਹੈ ਗੋਡਿਆਂ 'ਚ ਦਰਦ ਉਹਨਾਂ ਨੇ ਮੁਰਗੀ ਖਾਣੀ ਨਹੀਂ ਅੱਛਾ ਤੇ ਉਹ ਅੱਬੂ ਇਹ ਗੱਲ ਕਹਿਣ ਡੇ ਸੀ ਇਹਨਾਂ ਦੋਨਾਂ ਵਾਸਤੇ ਸਬਜ਼ੀ ਪਕਾ ਲਾਂਗੇ ਭੋਰਾ ਭੋਰਾ ਹਾਂਜੀ ਤੇ ਤੁਸੀਂ ਇਦਾਂ ਕਰਨਾ ਮੁੰਡਾ ਸਵੇਰੇ ਮੈਂ ਭੇਜੂਗਾ ਉਹਨੂੰ ਜਿਹੜੀ ਤੁਹਾਡੀ ਤਾਜ਼ੀ ਸਬਜ਼ੀ ਹੋਵੇ ਨਾ ਤਾਜ਼ੀ ਉਹ ਪਾਈਆ ਪਾਈਆ ਸਬਜ਼ੀ ਦੇ ਦੇਣੀ ਜੀ ਨਾਲ ਅੱਧਾ ਕਿਲੋ ਆਲੂ ਦੇ ਦੇਣੇ ਜੀ ਨਾਲ ਪੁੱਤ ਲੱਖ ਲਾਨਤ ਤੇਰੇ ਦੇ ਆਡਰ ਦਾ ਪੁੱਤ ਲਾਨਤ ਤੇਰੇ ਬੇਦੀ ਰਾਤ ਫੋਨ ਕਰਕੇ ਤੇ ਤੂੰ ਪਾਈਆ ਪਾਈਆ ਉਹ ਤੈਨੂੰ ਹੋਰ ਕੋਈ ਨਾ ਵਿਖਿਆ ਚਾਚਾ ਜੀ ਤੁਹਾਨੂੰ ਮੈਂ ਆਰਡਰ ਦੇਣ ਡਿਆ ਸਬਜ਼ੀ ਦਾ ਪਾਈਆ ਦਾ ਆਰਡਰ ਦੇਣ ਡਿਆ ਚਾਚਾ ਜੀ ਇਹਦੇ ਚ ਐਸੀ ਕਿਹੜੀ ਗੱਲ ਲੱਗ ਤਾਂ ਮਤਲਬ ਸਬਜ਼ੀ ਦਾ ਆਰਡਰ ਦਿੱਤਾ ਹੈ ਤੁਹਾਨੂੰ ਹੁਣ ਮੈਂ ਏਡਾ ਵੱਡਾ ਮੈਂ ਜੀ 15 ਦੇਗਾਂ ਦੇ ਲਾਉਣੀਆਂ ਤੇ ਮੈਂ ਕਿਹਾ ਪਤਾ ਨਹੀਂ ਕਿੱਡਾ ਆਰਡਰ ਆ ਗਿਆ ਲਾਨਤ ਤੇਰੇ ਤੇ ਬੁੱਧ ਬੁੱਧ ਤੇਰੇ ਤੇ ਮੇਰੇ ਇੰਡੀਆ ਦੀ ਲਾਨਤ ਅੱਜ ਨੂੰ ਮਿੱਟੀ ਅੱਜ ਮਿੱਟੀ ਸਮੇਤ ਆਲੂਆਂ ਦੀ ਲਾਨਤ ਤੇਰੇ ਤੇ ਬੁੱਧ ਚਾਚਾ ਜੀ ਹੁਣ ਸਵੇਰੇ ਮੁੰਡਾ ਆਊਗਾ ਚਾਚਾ ਜੀ ਸਵੇਰੇ ਮੁੰਡਾ ਆਊਗਾ ਉਹਨੂੰ ਸੋਹਣੇ ਸੋਹਣੇ ਟਿੰਡੇ ਮੁੰਡੇ ਨੂੰ ਗੋਲੀ ਮਰਵਾ ਦੇਣੀ ਮੈਂ ਮੁੰਡੇ ਨੂੰ ਪਾਈਆ ਪਾਈਆ ਤੋਂ ਲੈਣ ਆ ਗਏ ਟਿੰਡੇ ਚਾਚਾ ਜੀ ਤੁਹਾਡੀ ਦੁਕਾਨਦਾਰੀ ਹੈ ਕੀ ਹੋ ਗਿਆ ਤੁਹਾਨੂੰ ਉਹ ਦੁਕਾਨਦਾਰੀ ਤੈਨੂੰ ਉਹ ਬੜੇ ਟਾਈਮ ਦੁਕਾਨਦਾਰੀ ਅੱਧੀ ਰਾਤ ਤੋਂ ਫੋਨ ਕਰਨ ਡਿਆ ਏਡਾ ਵੱਡਾ ਆਰਡਰ ਲੈ ਕੇ ਆ ਗਿਆ ਦੱਸ ਚਾਚਾ ਜੀ ਨਾਲ ਨਾ ਧਨੀਆ ਜ਼ਰੂਰ ਪਾ ਦੇਣਾ ਥੋੜਾ ਜਿਹਾ ਧਨੀਆ ਓਏ ਮੈਂ ਤੇਰੇ ਤੂੰ ਕਿੱਥੋਂ ਆ ਗਿਆ ਅੱਧੀ ਰਾਤ ਦਾ ਫੋਨ ਲੈ ਕੇ ਲੈਮ ਟੀ ਸ਼ਰਟ ਨਾ ਹੋਵੇ ਤੇ ਦੱਸ ਰਹੀਆਂ ਪਾਈਆਂ ਪਾਈਆਂ ਧਨੀਆ ਨਾਲ ਦੇ ਦੀਏ ਪਾਈਆਂ ਪਾਈਆਂ ਦੇ ਨਾਲ ਹਰੀਆਂ ਮਿਰਚਾਂ ਚਾਚਾ ਜੀ ਨਾਲ ਨਾ 15 ਦਾ ਮਸਾਲਾ ਵੀ ਦੇ ਦੇਣਾ ਟਮਾਟਰ ਅਦਰਕ ਤੇ ਥੋਮ ਸ਼ੋਮ ਜਿਹੜਾ ਨਾ ਉਹ ਵੀ ਦੇ ਦਈਓ ਜੀ 15 ਦਾ ਤੇ ਉਹ ਤੁਸੀਂ ਉੱਥੇ ਜੀ ਮਸਾਲਾ ਤੁਹਾਨੂੰ ਦੇਣਾ ਤੇ ਜਿਵੇਂ ਤੁਸੀਂ ਸਬਜ਼ੀ ਕਹਿੰਦੇ ਆ ਉਹਦੇ ਨਾਲ ਮਹਿੰਗਾ ਮਸਾਲਾ ਨਾਲ ਮੰਗੀ ਜਾਂਦੇ ਆ
ਤੇਰੇ ਮੂੰਹ ਇੱਧਰ ਹੀ ਏਡੀ ਆਰਡਰ ਦਾ ਬਈ ਮੰਨ ਗਿਆ ਤੇਰੇ ਵੀ ਮੈਂ ਇੱਥੇ ਲਾੜ ਨੂੰ ਅੱਧੀ ਰਾਤ ਵਾਲੇ ਲਾੜ ਚਾਚਾ ਜੀ ਸਬਜ਼ੀ ਨਾ ਤਾਜ਼ੀ ਹੋਣੀ ਚਾਹੀਦੀ ਹੈ ਜੀ ਮੇਰੀ ਗੱਲ ਸੁਣ ਮੈਂ ਸੁਬਾਹ ਮੰਡੀ ਜਾਣਾ ਹੈ ਤੇ ਤੂੰ ਕੋਈ ਕਿਤੇ ਹੋਰ ਆੜਤੀ ਨਾਲ ਗੱਲ ਕਰ ਤੇਰਾ ਬੜਾ ਵੱਡਾ ਆਰਡਰ ਹੈ ਪੁੱਤ ਕਿਤੇ ਆੜਤੀ ਨਾਲ ਗੱਲ ਕਰ ਚਾਚਾ ਜੀ ਆਲੂ ਨਵੇਂ ਆ ਗਏ ਨਾ ਨਵੇਂ ਜਿਹੜੇ ਮਿੱਠੇ ਨਹੀਂ ਹੁੰਦੇ ਓਏ ਆਲੂ ਮੈਂ ਕਿਹੜੇ ਉਹਦਾ ਆਲੂ ਬਣਨੇ ਫਿਰ ਆਲੂ ਨਵੇਂ ਆ ਗਏ ਕਿ ਪੁਰਾਣੇ ਆ ਗਏ ਚਾਚਾ ਜੀ ਪਤਾ ਕੀ ਗੱਲ ਆ ਜਿਹੜਾ ਇੱਥੇ ਤੂੰ ਪਰਮੇਸ਼ਰ ਕਰਨ ਦਿਆ ਮਿੱਠੇ ਬਾਬਾ ਅਗਲੇ ਇਹ ਨਾ ਕਹਿਣ ਕਿ ਅਸੀਂ ਫੈਸਲਾਬਾਦ ਗਏ ਸੀਗੇ ਤੇ ਸਾਨੂੰ ਮਿੱਠੇ ਆਲੂ ਖਵਾਤੇ ਉਹਨਾਂ ਨੇ ਓਏ ਅਗਲੇ ਆ ਪਿਛਲੇ ਤੇ ਲਾਣਾ ਤੇਰੇ ਤੇ ਬੁੱਧ ਬੁੱਧ ਤੇਰੇ ਜਿਹੜੇ ਆਉਣ ਵਾਲੇ ਮਹਿਮਾਨ ਆ ਉਹਨਾਂ ਤੇ ਵੀ ਲਾਣਾ ਤੇ ਤੇਰੇ ਏਡੇ ਵੱਡੇ ਆਰਡਰ ਤੇ ਵੀ ਲਾਣਾ ਵੱਡਾ ਤੂੰ ਏਡਾ ਆਲੂ ਲੂਣੇ ਲੈਣੇ ਤੂੰ ਤੇਰੇ ਉਹ ਮੈਂ ਤੈਨੂੰ ਕੀ ਕਹਾਂ ਇਹ ਬੁੱਧ ਇਸ ਟਾਈਮ ਚਾਚਾ ਜੀ ਹੁਣ ਸਵੇਰੇ ਫਿਰ ਟਾਈਮ ਨਾਲ ਹੈ ਜੀ ਕਿੰਨੇ ਵਜੇ ਆਉਂਦੇ ਹੁੰਦੇ ਮੰਡੀਓ ਇਹ ਕਿੰਨੇ ਵਜੇ ਜਨਾਜ਼ਾ ਤੇਰਾ ਪੁੱਤ ਮੈਂ ਟਾਈਮ ਤੋਂ ਪਹਿਲੇ ਪਹੁੰਚ ਜਾਊ ਦੱਸ ਮੈਨੂੰ ਕਿੰਨੇ ਵਜੇ ਜਨਾਜ਼ਾ ਮੈਂ ਤਾਂ ਕਹਿੰਦਾ ਸਫਾਈ ਖਤਮ ਦਵਾ ਲਿਓ ਮੈਂ ਫ੍ਰੀ ਦੇ ਦੂੰ ਹਜੇ ਪਾਈਆ ਪਾਈਆ ਟਿੰਡੇ ਆ ਨਾ ਇਹ ਮੇਰੇ ਲੋ ਫ੍ਰੀ ਫਿਰ ਨਿਕਲੇ ਜਨਾਜ਼ਾ ਤੁਹਾਡੇ ਪੂਰੇ ਟੱਬਰ ਦਾ ਪੁੱਤ ਇਹਨਾਂ ਤੂੰ ਕਿਤੇ ਖਤਮ ਦਵਾਉਣਾ ਦੰਦ ਕੱਢਦਾ ਬਜਾਰਤਾ ਕਰਦਾ ਮੇਰੇ ਨਾਲ ਚਾਚਾ ਜੀ ਤੁਸੀਂ ਏਦਾਂ ਕਰਿਓ ਸਬਜ਼ੀ ਦੇ ਕੇ ਨਾ ਸੁਬਹ ਸੁਬਹ ਤੇ 12 ਵਜੇ ਆ ਜਿਓ ਲੰਗਰ ਖਾਣ ਹੈ ਜੀ ਮੁਰਗਾ ਬਹੁਤ ਸੋਹਣਾ ਪੱਕਾ ਹੋਣਾ ਤੁਹਾਡੇ ਤੇਰੇ ਵਰਗਿਆਂ ਨੂੰ ਮੈਂ ਬਾ ਕੇ ਆ ਮੁਰਗੇ ਖਵਾਉਣਾ ਤੂੰ ਕਿਹੜੀਆਂ ਗੱਲਾਂ ਕਰਦਾ ਆ ਜੀ ਉਹ ਤੁਹਾਨੂੰ ਨਾ ਸੋਹਣੀਆਂ ਪੱਟਾਂ ਦੀਆਂ ਬੋਟੀਆਂ ਖਵਾਵਾਂਗੇ ਜੀ ਤੇਰੇ ਪੱਟਾਂ ਦੇ ਉੱਤੇ ਗੋਲੀਆਂ ਮਰਵਾ ਰਹੇ ਆ ਬੁੱਧ ਹੈ ਤੂੰ ਮੈਨੂੰ ਐਵੇਂ ਨਾ ਸਮਝੀ ਤੁਹਾਡੇ ਵਾਸਤੇ ਕਲੇਜੀ ਨਾ ਭੁੰਨ ਲਈਏ ਚਾਚਾ ਜੀ ਤੇਰੇ ਕਲੇਜਾ ਤੇਰਾ ਨਾ ਮੈਂ ਕਲੇਜਾ ਨੂੰ ਲੂਣ ਲਾ ਲਾ ਇਹ ਤੇਰੇ ਕਲੇਜੇ ਨੂੰ ਲੂਣ ਲਾ ਕੇ ਖਾਈਆਂ ਤੇ ਫੇਰ ਕਲੇਜੇ ਦੀ ਬੋਟੀ ਇਹ ਉਹਨਾਂ ਮਹਿਮਾਨਾਂ ਨੂੰ ਗਵਾ ਜਿਨ੍ਹਾਂ ਦੇ ਗੋਲਿਆਂ ਚ ਦਰਦਾ ਲੈਂਦੀ ਆ ਚੰਗੀ ਬੜੀ ਨੀਂਦ ਨੂੰ ਤਬਾਹ ਕਰਦਾ ਹੀ ਆ ਮੈਂ ਪਤਾ ਨੀ ਕਿੰਨਾ ਆਰਡਰ ਆ ਗਿਆ ਤੇਰਾ ਲਾਣਾ ਤੇਰਾ ਤੇਰੇ ਪਗਲੇ ਪਿਛਲਿਆਂ ਤੇ ਲਾਣਦਾ ਚਾਚਾ ਜੀ ਹੁਣ ਤੁਹਾਨੂੰ ਇੱਥੇ ਹੀ ਨਾ ਮੈਂ ਰੋਟੀ ਭੇਜ ਦਿਆਂ ਦੁਕਾਨ ਤੇ ਹੀ ਤੁਸੀਂ ਦੁਕਾਨਦਾਰੀ ਨੂੰ ਛੱਡ ਕੇ ਆਓਗੇ ਬੁੱਧ ਤੇਰੀਆਂ ਰੋਟੀਆਂ ਜਿਹੜੀਆਂ ਨਾ ਇਹ ਏਦਾਂ ਪਈਆਂ ਰਹਿ ਜਾਣੀਆਂ ਤੇਰਾ ਇੱਥੇ ਆਇਆ ਇੱਥੇ ਟਾਈਮ ਹੀ ਨਾ ਮੈਂ ਕੋਈ ਕੰਮ ਕਰਵਾ ਛੱਡਣਾ ਮੈਂ ਤੁਹਾਨੂੰ ਦੱਸ ਵਾ ਇਹਦੀਆਂ ਤੂੰ ਰੋਟੀਆਂ ਆਪਣੇ ਲੋਕਾਂ ਨੂੰ ਖਾਣਾ ਨਾ ਜਿਹੜੇ ਤੋਂ ਉਰਸ ਕਰਾਉਂਦਾ ਫਿਰਦਾ ਇਹ ਤੇਰਾ ਇੱਥੇ ਦਰਬਾਰ ਬਣਨਾ ਹੀ ਇਹ ਤੇਰੇ ਉਰਸ ਹੋਣੇ ਬੁੱਧ ਇੱਥੇ ਸਬਜ਼ੀ ਦੇ ਸਦਕੇ ਇਨਸ਼ਾਅੱਲਾ ਚਾਚਾ ਜੀ ਹੁਣ ਸਵੇਰੇ ਮੁੰਡਾ ਆ ਜਾਊਗਾ ਤੇ ਮੈਂ ਹਿਸਾਬ ਲਾ ਲਿਆ 37 ਰੁਪਏ ਦੀ ਸਾਰੀ ਸਬਜ਼ੀ ਬਣੀ ਤੇ ਰਾਇਤ ਕਰਾ ਕੇ ਨਾ 25 ਰੁਪਏ ਬਣਦੇ ਤਾਂ ਲੈ ਕੇ 25 ਰੁਪਏ ਤੇ ਦੇ ਦੇਣਾ ਸਬਜ਼ੀ ਮੁੰਡੇ ਨੂੰ ਮੇਰਾ ਨਾਂ ਲਊਗਾ ਤੇ ਰਾਇਤ ਕਰ ਦੇਣਾ ਹਾਂਜੀ ਮੈਂ ਕਹਿੰਦਾ ਬੁੱਧ ਤੂੰ ਮੇਰੇ ਕੋਲੋਂ ਰਾਇਤ ਕਰਵਾ ਹੀ ਲੈ ਮੈਂ ਤੇਰੀ ਰਾਇਤ ਕਰ ਦਵਾਂ ਤੇ ਏਡੀ ਬੜੀ ਗੱਲ ਆ ਮੈਂ ਸੁਬਹਾ ਤੈਨੂੰ ਮਿਲਣਾ ਪੁੱਤ ਇਹ ਪੁੱਤ ਸੁਬਹਾ ਦੇਣ ਚੜਿਆ ਨਾ ਮੰਡੀ ਬਾਅਦ ਚ ਹੋ ਜਾਊ ਮੈਂ ਅੱਜ ਚਾਚਾ ਜੀ ਮੈਂ ਜੱਫੀ ਪਾ ਕੇ ਮਿਲੂ ਆਪਣੇ ਚਾਚੇ ਨੂੰ ਜੱਫੀ ਪਾ ਕੇ ਉਹ ਤੇਰੀ ਆਖਰੀ ਜੱਫੀ ਹੋਣੀ ਹੈ ਬਾਣੇ ਇਸ ਤੋਂ ਬਾਅਦ ਇਨਸ਼ਾਅੱਲਾ ਤੂੰ ਕਿਤੇ ਸਾਹ ਲੈਣ ਜੋਗਾ ਨਹੀਂ ਰਹੇਗਾ ਤੂੰ ਜੱਫੀਆਂ ਦੀ ਗੱਲ ਕਰਦਾ ਤੂੰ ਮੈਨੂੰ ਐਵੇਂ ਨਾ ਸਮਝ ਉਹ ਤਾਂ ਮੈਂ ਤੇਰੇ ਅਰਗੇ ਹੱਥਾਂ ਚ ਖੜਾਏ ਆ ਇਹ ਗੱਲ ਜ਼ਿਹਨ ਚ ਰੱਖਣਾ ਅੱਛਾ ਜੀ ਮੇਰਾ ਨਾਂ ਜੋ ਚਾਚਾ ਮੀਰ ਆ ਹਾਂ ਹਾਂ ਲੋਕ ਐਵੇਂ ਨਹੀਂ ਨਹੀਂ ਜਾ ਕਹਿੰਦੇ ਹਾਂਜੀ 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 ਇਹ ਮੰਦੇ ਦੇ ਵਿੱਚ ਤੂੰ ਆਪਣੇ ਲੋ ਬਦਮਾਸ਼ੀਆਂ ਲਾਈਆਂ ਨਾ ਜਿਹੜੀਆਂ ਤੂੰ ਇਹ ਮਜ਼ਾਕਾਂ ਕਰਨੀਆਂ ਸ਼ੁਰੂ ਕੀਤੀਆਂ ਇਹ ਬਾਲਾਂ ਨਾਲ ਕਰੀਦੀਆਂ ਬੁੱਧ ਲੰਘ ਮਾਰ ਕੇ ਤੁਰਦੇ ਆ ਤੁਸੀਂ ਮੈਨੂੰ ਪਤਾ ਲੰਘ ਮਾਰ ਕੇ ਤੁਰਦਾ ਮੈਨੂੰ ਲੱਗਦਾ ਚੰਗਾ ਸੀ ਚਾਚਾ ਜੀ ਸਵੇਰੇ ਮੁਲਾਕਾਤਾਂ ਹੋਣਗੀਆਂ ਸਬਜ਼ੀ ਤੇ ਹੈ ਜੀ ਮੈਂ ਪੁੱਤ ਤੇਰਾ ਇੰਤਜ਼ਾਰ ਕਰੂੰ ਤੂੰ ਟੈਨਸ਼ਨ ਨਾ ਲੈ ਮੈਂ ਤੇਰੀਆਂ ਵੱਖੀਆਂ ਦੇ ਵਿੱਚ ਤੋਰੀਆਂ ਨਾ ਤੁਨੀਆਂ ਤੇ ਫਿਰ ਗੱਲ ਕਰੀ ਪੁੱਤ ਚੰਗਾ ਜੀ ਚੰਗਾ ਜੀ ਸ਼ਾਂਤੀ ਆ ਚੰਗਾ ਜੀ